ਮੈਨੂੰ ਤਾਂ ਸਮਝ ਨਹੀਂ ਆਉਂਦਾ, ਤੁਹਾਡੇ ਤੇ ਵੀਰ ਜੀ ਦੇ ਵਿੱਚ ਤਾਂ ਇੰਨਾ ਪਿਆਰ ਸੀ, ਫੇਰ ਇਹ ਸਾਰਾ ਕੁਛ ਕਿਵੇਂ? ਹੁਣ ਫੇਲ ਹੋਇਆ ਬੰਦਾ ਜਨਾਨੀ ਤੇ ਹੀ ਹੱਥ ਚੱਕੂਗਾ। ਜਦੋਂ ਆਪਣੇ ਬੱਚੇ ਨੂੰ ਕੋਈ ਤਕਲੀਫ ਹੁੰਦੀ ਹੈ ਨਾ, ਤਾਂ ਸਭ ਤੋਂ ਪਹਿਲੀ ਤਕਲੀਫ ਉਹਦੇ ਪਿਓ ਨੂੰ ਹੁੰਦੀ ਹੈ। 5 ਲੱਖ ਤੁਹਾਡੇ ਤੋਂ ਲੈਣਾ ਵੀ ਤਾਂ ਹੈ, ਜਿਹੜਾ ਕਿਰਨ ਦੇ ਵਿਆਹ ਤੇ ਦਿੱਤਾ ਸੀ ਸਾਂਝੇ ਕੰਮ ਚੋਂ। ਉਹ ਕੀ ਗੱਲ ਹੋ ਗਈ, ਮੈਂ ਕੁਛ ਗਲਤ ਕਹਿਤਾ? ਕਿਰਨ ਦੇ ਵਿਆਹ ਤੇ 5 ਲੱਖ ਦਿੱਤਾ ਨਹੀਂ ਸੀ, ਭੁੱਲ ਤਾਂ ਨਹੀਂ ਗਏ ਕਿਤੇ ਤੁਸੀਂ? ਨਹੀਂ ਨਹੀਂ, ਭੁੱਲੇ ਨਹੀਂ, ਯਾਦ ਆ, ਪਰ ਇਸ ਟਾਈਮ ਯਾਦ ਕਰਾਏਂਗੀ, ਇਹ ਨਹੀਂ ਸੀ ਪਤਾ। ਦੇਖੋ ਵੀਰ ਜੀ, ਤੁਸੀਂ ਗੁੱਸਾ ਨਾ ਕਰੋ, ਜਦੋਂ ਤੱਕ ਸਾਡਾ ਸਰੀ ਜਾਂਦਾ ਸੀ ਉਦੋਂ ਤੱਕ ਤਾਂ ਅਸੀਂ ਆਪ ਨਹੀਂ ਕੁਛ ਕਿਹਾ, ਪਰ ਹੁਣ ਤੁਹਾਨੂੰ ਵੀ ਤਾਂ ਪਤਾ ਅਸੀਂ ਕਿੰਨੇ ਬੁਰੇ ਤਰ੍ਹਾਂ ਫਸੇ ਹੋਏ ਆ। ਉਹ ਅਮਰ ਤੇ ਕੇਸ ਹੋਇਆ ਪਿਆ, ਸਾਨੂੰ ਇਸ ਟਾਈਮ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਆ। ਨਹੀਂ ਮੈਂ ਸਮਝਦਾ ਗੱਲ, ਪਰ ਇੱਕਦਮ 5 ਲੱਖ ਰੁਪਇਆ ਕਟਾਉਣਾ ਔਖਾ ਹੋ ਜਾਊਗਾ, ਅਗਰ 2-3 ਕਿਸ਼ਤਾਂ 'ਚ ਕਟਾਵਾਂ ਠੀਕ ਨਹੀਂ ਫਿਰ? ਕੀ ਗੱਲ ਵੀਰ ਜੀ, ਹੁਣ ਤੁਸੀਂ ਸਾਡੇ ਤੋਂ ਵੀ ਜ਼ਿਆਦਾ ਔਖੇ ਹੋ ਜਾਓਗੇ, ਉਹ ਇਸ ਟਾਈਮ ਤੁਸੀਂ ਕਿਸ਼ਤਾਂ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ। ਚਲੋ ਕੋਈ ਨਾ, ਕਰਦਾ ਮੈਂ, ਪਰ ਇੰਤਜ਼ਾਮ ਕਰਨ ਨੂੰ ਤਾਂ ਟਾਈਮ ਲੱਗੂਗਾ ਨਾ। ਹਾਂ ਹਾਂ, ਕੱਲ੍ਹ ਤੱਕ ਦੇ ਦਿਓ, ਕੋਈ ਗੱਲ ਨਹੀਂ, ਮੈਂ ਕਿਹੜਾ ਤੁਹਾਨੂੰ ਕਿਹਾ ਵੀ ਹੁਣੇ ਦਿਓ। ਕੱਲ੍ਹ ਤੱਕ? 2-3 ਦਿਨ ਤਾਂ ਚਾਹੀਦੇ ਆ ਨਾ, ਇੰਨੀ ਜਲਦੀ ਪੇਮੈਂਟ ਕਿੱਥੋਂ ਅਰੇਂਜ ਕਰਾਂਗੇ? ਜਿਵੇਂ ਅਸੀਂ ਅਰੇਂਜ ਕੀਤਾ ਬੈਂਕ ਚੋਂ, ਤੁਹਾਨੂੰ ਪਤਾ ਅੱਜ ਕੱਲ੍ਹ ਪਰਸਨਲ ਲੋਨ ਨਾ 24 ਘੰਟਿਆਂ 'ਚ ਮਿਲ ਜਾਂਦਾ। ਗਗਨ, ਇਹ ਬੈਂਕ ਦਾ ਹੀ ਕੰਮ ਕਰਦੇ ਨੇ, ਤੁਹਾਨੂੰ ਇੰਨਾ ਪਤਾ ਵੀ ਪਰਸਨਲ ਲੋਨ ਦਾ ਇੰਟਰਸਟ ਕਿੰਨਾ ਹੁੰਦਾ? ਮਨਪ੍ਰੀਤ, ਮੈਨੂੰ ਪਤਾ ਵਾ, ਪਰ ਅੜੇ ਹੋਏ ਕੰਮ ਮੂਹਰੇ ਹੁਣ ਬੰਦਾ ਇੰਟਰਸਟ ਥੋੜ੍ਹੀ ਦੇਖਦਾ ਵਾ। ਠੀਕ ਆ ਭਾਬੀ, ਹੁਣ ਅਸੀਂ ਤੁਹਾਨੂੰ ਲੋਨ ਲੈ ਕੇ ਹੀ ਪੈਸੇ ਦੇਵਾਂਗੇ। ਮੈਨੂੰ ਲੱਗਦਾ ਅਮਰ ਆ ਗਏ, ਮੈਂ ਆਈ। ਆ ਗਏ ਤੁਸੀਂ? ਹਾਂ ਆ ਗਿਆ। ਜੀਜਾ ਜੀ, ਮਨਪ੍ਰੀਤ। ਇੱਕ ਮਿੰਟ ਰੁਕੋ ਮਨਪ੍ਰੀਤ, ਬਸ ਇੱਕ ਮਿੰਟ। ਕੀ ਹੋਇਆ, ਉਹ ਅੰਦਰ ਜਾਣ ਤੇ ਮੈਨੂੰ ਮਿਲਣ ਦੇ? ਉਹ ਮਿਲਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ, ਮੈਂ ਤੁਹਾਡੀ ਭੈਣ ਤੇ ਜੀਜੇ ਨੂੰ ਇਹ ਕਹਿਤਾ ਵੀ ਜਿਹੜੇ ਕਿਰਨ ਦੇ ਵਿਆਹ ਤੇ ਅਸੀਂ ਪੈਸੇ ਦਿੱਤੇ ਸੀ ਨਾ, ਉਹ ਸਾਨੂੰ ਵਾਪਸ ਕਰ ਦਿਓ, ਨਾਲੇ 5 ਲੱਖ ਰੁਪਇਆ ਹੋਰ ਕਹਿਤਾ ਮੈਂ। ਉਹ ਤੇਰਾ ਦਿਮਾਗ ਖਰਾਬ ਆ, ਬਿਨਾਂ ਸੋਚੇ ਸਮਝੇ ਕੁਛ ਵੀ ਕਰ ਦਿੰਦੀ ਆ। ਉਹ ਜੀਜਾ ਜੀ ਨੂੰ ਕਹਿਣ ਦੀ ਕੀ ਲੋੜ ਸੀਗੀ ਪੈਸਿਆਂ ਦੀ, ਮੈਂ ਕਰਦਾ ਪਿਆ ਨਾ। ਤੁਸੀਂ ਚੁੱਪ ਕਰ ਜਾਓ, ਠੀਕ ਆ ਨਾ, ਪੈਸੇ ਲੈਣੇ ਨਹੀਂ ਹੈਗੇ, ਤੁਹਾਡਾ ਹੀ ਬੋਝ ਹਲਕਾ ਕਰਦੀ ਪਈ ਹਾਂ ਮੈਂ। ਚੁੱਪ ਰਹਿ, ਕਰਦੀ ਹਾਂ ਬੋਝ ਹਲਕਾ, ਮੈਨੂੰ ਗੱਲ ਕਰਨ ਦੇ ਹੁਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਹੋਰ ਸੁਣਾਓ ਜੀਜਾ ਜੀ, ਕੀ ਹਾਲ ਨੇ, ਠੀਕ ਹੋ? ਹਾਂ ਹਾਂ ਅਮਰ, ਅਸੀਂ ਤਾਂ ਠੀਕ ਹਾਂ, ਤੂੰ ਸੁਣਾ। ਯਾਰ ਆਹ ਦੁਕਾਨ ਵਾਲਾ ਕੰਮ ਬਹੁਤ ਮਾੜਾ ਹੋਇਆ। ਬਸ ਜੀਜਾ ਜੀ, ਕੀ ਕਹਿ ਸਕਦੇ ਹਾਂ, ਨਾਲੇ ਮੈਨੂੰ ਗਗਨ ਨੇ ਦੱਸਿਆ ਜੋ ਇਹਨੇ ਕਿਹਾ, ਤੁਸੀਂ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ। ਉਹ ਨਹੀਂ ਨਹੀਂ, ਗੁੱਸਾ ਕਾਹਦਾ ਕਰਨਾ ਯਾਰ, ਉਹ ਪੈਸੇ ਤਾਂ ਅਕਸਰ ਨੂੰ ਦੇਣੇ ਹੀ ਨੇ। ਠੀਕ ਹੈ ਜੀਜਾ ਜੀ, ਜਿਵੇਂ ਤੁਸੀਂ ਕਹੋ, ਪਰ ਕੱਲ੍ਹ ਸ਼ਾਮ ਤੱਕ ਦੇ ਦਿਓ, ਜ਼ਰੂਰਤ ਆ। ਹਾਂ ਹਾਂ, ਕਰ ਦਿੰਦਾ। ਚੱਲ ਮਨਪ੍ਰੀਤ, ਚੱਲੀਏ ਆਪਾਂ।
ਬੋਲ ਦੇਵ, ਮੇਰੀ ਲੋੜ ਕਿੱਥੋਂ ਪੈ ਗਈ ਅੱਜ? ਦੱਸ ਕੀ ਹੈਲਪ ਕਰਾਂ? ਕਰੋ ਵੀਰੇ, ਵਕੀਲ ਹੋ, ਸਾਰੀ ਖਬਰ ਹੁੰਦੀ ਆ ਤੁਹਾਨੂੰ ਕੀ ਹੋ ਰਿਹਾ। ਤੁਹਾਨੂੰ ਪਤਾ ਕਿ ਰਾਧਿਕਾ ਭੱਜੀ ਹੋਈ ਹੈ ਅਤੇ ਉਹਦਾ ਕੇਸ ਤੁਹਾਡੇ ਕੋਲ ਹੈ ਅਤੇ ਉਹਦਾ ਹੱਲ ਵੀ ਤੁਸੀਂ ਹੀ ਕਰਨਾ। ਮੈਨੂੰ ਸਿਰਫ ਰਾਧਿਕਾ ਦਾ ਪਤਾ ਚਾਹੀਦਾ ਕਿ ਉਹ ਕਿੱਥੇ ਹੈ। ਦੇਖ ਦੇਵ, ਮੈਨੂੰ ਪਤਾ ਤੇਰੇ ਨਾਲ ਗਲਤ ਹੋਇਆ। ਰਾਧਿਕਾ ਨੇ ਜੋ ਕੀਤਾ ਬਹੁਤ ਗਲਤ ਕੀਤਾ, ਪਰ ਮੈਨੂੰ ਸਮਝ, ਜਿਹੜੀ ਸਾਡੀ ਵਕਾਲਤ ਹੁੰਦੀ ਹੈ ਇੱਕ ਐਥਿਕ ਦੇ ਸਿਰ ਦੇ ਉੱਤੇ ਖੜੀ ਹੁੰਦੀ ਹੈ। ਅਸੀਂ ਵੀ ਸਹੁੰ ਖਾ ਕੇ ਵਕੀਲ ਬਣਦੇ ਹਾਂ ਕਿ ਅਗਰ ਕੋਈ ਵੀ ਕਲਾਇੰਟ ਸਾਡੇ ਕੋਲ ਆਉਂਦਾ ਤਾਂ ਅਸੀਂ ਉਹਦਾ ਧਰਮ ਦੇ ਨਾਲ ਕੰਮ ਕਰਨਾ, ਅਸੀਂ ਉਹਦਾ ਬਿਲਕੁਲ ਚੰਗੀ ਤਰ੍ਹਾਂ ਸਾਥ ਦੇਣਾ। ਅਤੇ ਮੈਨੂੰ ਮੇਰੇ ਕਲਾਇੰਟ ਦੇ ਤੌਰ ਦੇ ਉੱਤੇ ਮੈਂ ਤੈਨੂੰ ਕੁਛ ਨਹੀਂ ਦੱਸ ਸਕਦਾ। ਗੌਰਵ ਵੀਰੇ, ਤੁਹਾਨੂੰ ਪਹਿਲੇ ਦਿਨ ਤੋਂ ਪਤਾ ਹੁੰਦਾ ਨਾ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਤੁਹਾਨੂੰ ਇਹ ਵੀ ਪਤਾ ਹੁੰਦਾ ਕਿ ਤੁਸੀਂ ਸਹੀ ਦਾ ਸਾਥ ਦੇ ਰਹੇ ਹੋ ਕਿ ਗਲਤ ਦਾ ਸਾਥ ਦੇ ਰਹੇ ਹੋ। ਫਿਰ ਇਹ ਕਿੱਦਾਂ ਦੀ ਸੌਂ ਹੋਈ ਜਿਹੜੀ ਗਲਤ ਦਾ ਸਾਥ ਦੇਣ 'ਤੇ ਮਜਬੂਰ ਕਰਦੀ ਹੈ? ਦੇਖਦੇ, ਗੱਲ ਗਲਤ ਸਹੀ ਦੀ ਨਹੀਂ ਹੈ, ਮੇਰੇ ਪੇਸ਼ੇ ਵਰਗਾ ਇੱਕ ਹੋਰ ਪੇਸ਼ਾ, ਡਾਕਟਰ ਦਾ। ਤੁਹਾਨੂੰ ਪਤਾ, ਜੇ ਕੋਈ ਬੰਦਾ ਮਾਰ ਕੇ ਵੀ ਜਾਂ ਫਿਰ ਬੰਬ ਸੁੱਟ ਕੇ ਵੀ ਉਹਦੇ ਕੋਲ ਚਲੇ ਜਾਵੇ ਕਿ ਉਹਨੇ ਕਦੇ ਵਿਤਕਰਾ ਕੀਤਾ ਕਿ ਇਹਦਾ ਮੈਂ ਇਲਾਜ ਨਹੀਂ ਕਰਨਾ, ਉਹਦਾ ਇਲਾਜ ਕਰਦਾ। ਇਸ ਤਰ੍ਹਾਂ ਹੀ ਮੇਰਾ ਪੇਸ਼ਾ, ਅਗਰ ਮੇਰੇ ਕੋਲ ਕੋਈ ਆਉਂਦਾ, ਅਗਰ ਮੈਂ ਉਹਦਾ ਕੇਸ ਲਿੱਤਾ, ਤਾਂ ਮੇਰਾ ਧਰਮ ਮੈਨੂੰ ਇਹ ਕਹਿੰਦਾ, ਮੇਰੇ ਐਥਿਕਸ ਮੈਨੂੰ ਇਹ ਕਹਿੰਦੇ ਆ ਕਿ ਮੈਂ ਉਹਨੂੰ ਬਚਾਉਣਾ। ਅਤੇ ਮੈਨੂੰ ਉਮੀਦ ਹੈ ਕਿ ਇਸ ਗੱਲ ਨੂੰ ਤੁਸੀਂ ਸਮਝੋਗੇ। ਗੌਰਵ ਵੀਰੇ, ਤੁਹਾਡਾ ਕੋਈ ਛੋਟਾ ਭਰਾ ਹੈਗਾ? ਹਾਂ ਹੈਗਾ। ਕਿੰਨਾ ਕੁ ਪਿਆਰ ਕਰਦੇ ਹੋ ਉਹਨੂੰ? ਮੇਰੇ ਖਿਆਲ ਨਾਲ ਬਹੁਤ ਪਿਆਰ ਕਰਦੇ ਹੋਵੋਗੇ। ਹਰੇਕ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਪਿਆਰ ਕਰਦਾ, ਇੱਕ ਪਿਓ ਵਾਂਗੂ, ਇੱਕ ਵੱਡੇ ਭਰਾ ਵਾਂਗੂ। ਜੇ ਤੁਹਾਡੇ ਛੋਟੇ ਭਰਾ 'ਤੇ ਕੋਈ ਮੁਸੀਬਤ ਆ ਜਾਵੇ ਤਾਂ ਤੁਸੀਂ ਕੀ ਕਰੋਗੇ? ਹੱਥ 'ਤੇ ਹੱਥ ਧਰ ਕੇ ਬੈਠੋਗੇ? ਯਾਰ, ਇਮੋਸ਼ਨਲ ਨਾ ਕਰ। ਇੱਕ ਵਕੀਲ ਹੋਣ ਦੇ ਨਾਤੇ ਸਾਰੇ ਇਮੋਸ਼ਨਲ ਸਾਈਡ 'ਤੇ ਰੱਖ ਕੇ ਹੀ ਸਾਨੂੰ ਇੱਕ ਕੇਸ ਲੜਨਾ ਪੈਂਦਾ। ਮੈਨੂੰ ਸਮਝ, ਮੈਂ ਉਮੀਦ ਕਰਦਾ ਕਿ ਤੈਨੂੰ ਲੱਗੇਗਾ ਕਿ ਮੈਂ ਆਪਣੇ ਐਥਿਕਸ ਦੇ ਨਾਲ ਕੰਮ ਕਰ ਰਿਹਾ, ਮਜਬੂਰੀ ਹੈ। ਤੁਹਾਡੇ ਐਥਿਕਸ ਜਿਹੜੇ ਨੇ ਰਿਸ਼ਤੇਦਾਰੀਆਂ ਨਹੀਂ ਦੇਖਦੇ? ਤੁਹਾਡੇ ਐਥਿਕਸ ਪਿਆਰ ਨਹੀਂ ਦੇਖਦੇ? ਤੁਹਾਡੇ ਐਥਿਕਸ ਮਜਬੂਰੀਆਂ ਨਹੀਂ ਦੇਖਦੇ? ਤੁਹਾਡੇ ਐਥਿਕਸ ਗਲਤ ਸਹੀ ਨਹੀਂ ਦੇਖਦੇ? ਉਹ ਸਾਰਾ ਕੁਛ ਦੇਖਦੇ ਆ ਭਰਾਵਾ। ਤੂੰ ਆ ਛੱਡ, ਤੂੰ ਮੈਨੂੰ ਇਹ ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ। ਇਸ ਗੱਲ ਨੂੰ ਭੁੱਲ ਜਾ, ਇਸ ਗੱਲ 'ਤੇ ਮੇਰੀ ਮਜਬੂਰੀ ਸਮਝ। ਹੋਰ ਦੱਸ, ਤੈਨੂੰ ਮੇਰੀ ਕਿੱਥੇ ਮਦਦ ਚਾਹੀਦੀ ਆ? ਮੈਂ ਤੇਰੇ ਨਾਲ ਖੜਾਂਗਾ। ਜੇ ਮਦਦ ਕਰਨੀ ਆ ਨਾ ਵੀਰੇ, ਕਮ ਸੇ ਕਮ ਸਿਰਫ ਇੰਨਾ ਕੁ ਕੰਮ ਕਰ ਦਿਓ ਕਿ ਜਿਹੜਾ ਅਮਰ ਦੇ ਉੱਤੇ ਦੋਸ਼ ਲੱਗਿਆ ਨਾ ਕਾਪੀਰਾਈਟ ਦਾ, ਉਹ ਹਟ ਜਾਵੇ, ਮੇਰੇ ਭਰਾ ਦੀ ਦੁਕਾਨ ਦੁਬਾਰਾ ਖੁੱਲ੍ਹ ਜਾਵੇ। ਹੋਰ ਕੁਛ ਨਹੀਂ ਚਾਹੀਦਾ ਐਥਿਕਸ ਦੇ ਨਾਲ। ਕਿਹਾ ਉਹ, ਆ ਜਾ ਬਾਹਰ। ਥੈਂਕ ਯੂ ਗੌਰਵ, ਸੱਚੀ ਤੂੰ ਸੱਚਾ ਦੋਸਤ ਆ। ਛੱਡ ਯਾਰ, ਤੈਨੂੰ ਤਾਂ ਦੋਸਤ ਕਹਿਣ ਲੱਗੇ ਵੀ ਮੈਨੂੰ ਸ਼ਰਮ ਆਉਂਦੀ ਆ। ਉਹ ਕੀ ਹੋ ਗਿਆ ਯਾਰ, ਮੇਰੇ ਨਾਲ ਕਾਹਤੇ ਗੁੱਸੇ ਆ? ਉਹ ਯਾਰ ਯਾਰ ਨਾ ਕਹਿ ਮੈਨੂੰ, ਤੇਰੇ ਵਰਗੇ ਨਾ ਮੈਂ ਕੋਈ ਦੋਸਤੀ ਨਹੀਂ ਰੱਖਣਾ ਚਾਹੁੰਦਾ। ਯਾਰ ਉਹ ਭੋਲਾ ਭਾਲਾ ਬੰਦਾ ਹੈ, ਪਹਿਲਾਂ ਤੂੰ ਉਹਨੂੰ ਫਸਾਇਆ, ਹੁਣ ਤੂੰ ਉਹਦੇ ਭਰਾ ਨੂੰ ਵੀ ਫਸਾਤਾ।
ਕਿਸ ਤਰ੍ਹਾਂ ਦੀ ਇਨਸਾਨ ਹੈ ਯਾਰ ਤੂੰ। ਜੇ ਮੈਂ ਤੇਰਾ ਵਕੀਲ ਨਾ ਹੁੰਦਾ, ਤੈਨੂੰ ਮੈਂ ਇੱਕ ਮਿੰਟ ਵੀ ਆਪਣੇ ਦਫ਼ਤਰ 'ਚ ਖੜਨ ਨਾ ਦਿੰਦਾ। ਤੇਰੇ ਪਾਪਾਂ ਦਾ ਭਾਗੀ ਮੈਂ ਨਹੀਂ ਬਣਨਾ ਚਾਹੁੰਦਾ। ਮੈਨੂੰ ਮਿਲਣਾ ਕੋਰਟ 'ਚ ਆ ਕੇ ਮਿਲੀ। ਨਿਕਲ ਜਾ ਹੁਣ ਇੱਥੋਂ। ਸਹੀ ਕਹਿ ਗਿਆ ਦੇਵ, ਸਾਨੂੰ ਪਹਿਲੇ ਦਿਨ ਤੋਂ ਪਤਾ ਹੁੰਦਾ ਕੌਣ ਸਹੀ ਆ ਕੌਣ ਗਲਤ, ਪਰ ਫੈਸਲਾ ਦੇਣ ਵਾਲੇ ਅਸੀਂ ਕੌਣ? ਮਨਪ੍ਰੀਤ, ਮੈਂ ਉਹਨਾਂ ਦਾ ਹੱਲ ਕਰਤਾ ਦਵਾਂ, ਪਰ ਇੱਕਦਮ ਕਿਸੇ 'ਤੇ ਇੰਨਾ ਪ੍ਰੈਸ਼ਰ ਪਾਉਣਾ ਚੰਗੀ ਗੱਲ ਆ? ਨਾਲੇ ਮੈਂ 10 ਲੱਖ ਰੁਪਈਆ ਇੱਕਦਮ ਕਿੱਥੋਂ ਅਰੇਂਜ ਕਰਾਂ? ਮੇਰੇ ਕੋਲ ਵੱਧ ਤੋਂ ਵੱਧ 2.5-3 ਲੱਖ ਰੁਪਈਆ। ਮੈਨੂੰ ਲੱਗਦਾ ਮੈਨੂੰ ਪਰਸਨਲ ਲੋਨ ਹੀ ਲੈਣਾ ਪੈਣਾ। ਨਹੀਂ ਜੀ, ਤੁਸੀਂ ਪਰਸਨਲ ਲੋਨ ਨਹੀਂ ਲੈਣਾ। ਜੇ ਤੁਸੀਂ ਲੋਨ ਲੈ ਵੀ ਲਿਆ ਤਾਂ ਤੁਹਾਨੂੰ ਵਾਪਸ ਪਤਾ ਉਹਦਾ ਕਿੰਨਾ ਕਰਨਾ ਪੈਣਾ, ਦੁੱਗਣਾ ਜਾਂ ਚੌਗਣਾ ਹਿੱਸਾ ਕਰਨਾ ਪੈਣਾ। ਨਹੀਂ, ਆਪਾਂ ਲੋਨ ਨਹੀਂ ਲੈਣਾ। ਉਹ ਫਿਰ ਹੋਰ ਪੈਸੇ ਕਿੱਥੋਂ ਲੈ ਕੇ ਆਵਾਂ? ਮੇਰੀ ਪੇਮੈਂਟ ਹਾਲੇ 10 ਦਿਨ ਨੂੰ ਆਉਣੀ ਆ। ਉਹਨਾਂ ਨੇ ਤਾਂ ਪੈਸੇ ਵੀ ਕਹਿਤਾ ਕਿ ਕੱਲ੍ਹ ਨੂੰ ਹੀ ਦਿਓ। ਮੇਰੀ ਗੱਲ ਸੁਣੋ, ਤੁਸੀਂ ਐਂ ਕਰੋ, ਜਿਹੜੇ ਮੇਰੇ ਕੋਲ ਗਹਿਣੇ ਨੇ ਨਾ ਉਹ ਰੱਖ ਦਿਓ। ਉਹਨਾਂ ਨੂੰ ਰੱਖ ਕੇ ਜਿੰਨੇ ਪੈਸੇ ਮਿਲਦੇ ਨੇ ਉਹ ਉਹਨਾਂ ਨੂੰ ਜਾ ਕੇ ਦੇ ਦਿਓ, ਅਤੇ ਕਹਿ ਦਿਓ ਵੀ ਮੇਰੇ ਤੋਂ ਤਾਂ ਇੰਨੇ ਅਰੇਂਜ ਹੋਏ ਨੇ। ਮਨਪ੍ਰੀਤ, ਤੂੰ ਕੀ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦੀ ਆ ਕਿ ਉਈ ਕਹਿ ਦਿਓ ਮੇਰੇ ਕੋਲੋਂ ਤਾਂ ਇੰਨੇ ਹੀ ਅਰੇਂਜ ਹੋਏ ਆ। ਉਹ ਮੈਂ ਉੱਥੇ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ 10 ਲੱਖ ਰੁਪਈਆ ਅਰੇਂਜ ਕਰ ਦੂੰਗਾ, ਅਤੇ ਹੁਣ ਕਹਿਦਾ ਮੇਰੇ ਤੋਂ ਇੰਨੇ ਹੀ ਅਰੇਂਜ ਹੋਏ ਆ? ਇਹ 'ਚ ਮੇਰੀ ਬੇਇੱਜ਼ਤੀ ਨਹੀਂ? ਨਾ, ਪਹਿਲਾਂ ਕਿਹੜਾ ਤੇਰੇ ਝੰਡੇ ਝੂਲਦੇ ਆ, ਤੂੰ ਗਾਹ ਕੌਂਸਲਰ ਲੱਗਿਆ ਮਹੱਲੇ ਦਾ, ਉਹਨਾਂ ਨੂੰ ਕਹਿੰਦੇ ਹੈ ਨਹੀਂ ਇੱਕਦਮ ਪੈਸੇ ਸਾਡੇ ਕੋਲ। ਮੰਮੀ, ਕਿਵੇਂ ਕਹਿਦਾ? ਓਏ, ਔਖੇ ਟਾਈਮ 'ਤੇ ਉਹ ਵੀ ਤਾਂ ਆਪਣੇ ਨਾਲ ਖੜੇ ਹੀ ਸੀਗੇ, ਹੁਣ ਉਹਨਾਂ 'ਤੇ ਔਖਾ ਟਾਈਮ ਆ, ਮੈਨੂੰ ਵੀ ਖੜਨਾ ਪੈਣਾ। ਨਾਲੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹ ਕਿਸੇ ਟਾਈਮ ਵੀ ਪੈਸੇ ਮੰਗ ਸਕਦੇ ਆ। ਦੇ ਦੇ ਫਿਰ ਜੇ ਉਹਨਾਂ ਨੇ ਮੰਗੇ ਆ। ਆਪਣੇ ਕੋਠੇ 'ਤੇ ਪੇੜ ਨਹੀਂ ਲੱਗਿਆ ਹੋਇਆ ਨੋਟਾਂ ਦਾ, ਉਹਦੇ ਕੋਲ 10 ਲੱਖ ਤੋੜ ਅਤੇ ਗਿਣ ਗਿਣ ਕੇ ਦੇ ਦੇ ਉਹਨਾਂ ਨੂੰ। ਨਾ, ਸ਼ਰਮ ਤਾਂ ਨਹੀਂ ਆਉਂਦੀ ਉਹਨਾਂ ਨੂੰ ਜਵਾਈ ਤੋਂ ਪੈਸੇ ਮੰਗਦਿਆਂ ਨੂੰ? ਬੈਂਕ ਵਾਲੇ ਵੀ ਨਾ ਮਹੀਨਾ ਪਹਿਲਾਂ ਨੋਟਿਸ ਭੇਜ ਦਿੰਦੇ ਆ, ਅਤੇ ਇਹਦੇ ਭਰਾ ਨੇ 1 ਦਿਨ ਦਾ ਤੈਨੂੰ ਟਾਈਮ ਦਿੱਤਾ ਵੀ ਪੈਸੇ ਮੋੜ ਦੇ। ਮੰਮੀ, ਪੈਸੇ ਅੱਜ ਵੀ ਮੋੜਨੇ ਆ ਅਤੇ ਕੱਲ੍ਹ ਵੀ ਮੋੜਨੇ ਆ, ਜੇ ਲਏ ਆ ਤਾਂ 1 ਨਾ 1 ਦਿਨ ਦੇਣੇ ਹੀ ਪੈਣੇ ਆ। ਉਹ ਤੁਹਾਨੂੰ ਖਿਜਣ ਦੀ ਕੀ ਲੋੜ ਆ? ਖਿਜਦੀ ਤਾਂ ਪਈ ਆ ਮੈਂ ਪੁੱਤ, ਉਹਨਾਂ ਨੇ ਤੇਰੇ ਤੋਂ ਪੈਸੇ ਮੰਗ ਕੇ ਤੇਰੇ ਸਿਰ 'ਤੇ ਬੋਝ ਪਾ ਦਿੱਤਾ। ਉਹ ਹੱਲਾ ਉਹਨਾਂ ਦੀ ਦੁਕਾਨ 'ਤੇ ਪਿਆ ਅਤੇ ਝਾਊ ਤੇਰੇ ਉੱਡੇ ਪਏ ਨੇ। ਉਹ ਮੰਮੀ, ਕੋਈ ਝਾਊ ਨਹੀਂ ਉੱਡੇ ਪਏ, ਮੈਂ ਲਏ ਸੀ ਨਾ ਪੈਸੇ, ਮੈਂ ਮੋੜ ਦੂੰਗਾ। ਉਹ ਕਿੱਥੋਂ ਮੋੜ ਦੇਗਾ ਐਟ ਅ ਟਾਈਮ ਪੁੱਤ, ਇਹਨੇ ਤਾਂ ਆਪਣੇ ਗਹਿਣੇ ਦੇਣੇ ਹੀ ਆ। ਤੂੰ ਐਂ ਕਰ, ਮੇਰੇ ਵੀ ਗਹਿਣੇ ਨਾਲ ਹੀ ਲੈ ਜਾ, ਪੂਜ ਦੇ ਉਹਨਾਂ ਨੂੰ ਸਾਰਾ ਕੁਛ, ਐਂ ਕਰ ਆ ਘਰ ਵੀ ਸਾਰਾ ਦੇ ਦੇ ਉਹਨਾਂ ਨੂੰ। ਉਹ ਮੰਮੀ, ਬਸ ਕਰੋ, ਓਨੀ ਟੈਨਸ਼ਨ ਵਾਲੀ ਗੱਲ ਨਾ ਹੁੰਦੀ ਨਹੀਂ ਹੈਗੀ ਜਿੰਨੀ ਤੁਸੀਂ ਬੋਲ ਬੋਲ ਪਾ ਦਿੰਦੇ ਹੋ। ਪੁੱਤ, ਜਿਹਦਾ ਦਿਲ ਦੁਖਦਾ ਨਾ ਉਹ ਤਾਂ ਬੋਲਦਾ ਹੀ ਹੁੰਦਾ, ਆ ਦੇਖ ਲੈ ਆਪਣਾ ਰੰਗ ਕਿੱਦਾਂ ਉੱਡਿਆ ਪਿਆ ਵਾ। ਉਹ ਮੰਮੀ, ਕਿਹੜੇ ਪਾਸੇ ਰੰਗ ਉੱਡਿਆ ਲੱਗਦਾ ਤੁਹਾਨੂੰ? ਚੰਗਾ ਭਲਾ ਤਾਂ ਹੈਗਾ, ਤੁਸੀਂ ਨਾ ਉਈ ਬੋਲ ਬੋਲ ਬੰਦੇ ਨੂੰ 10 ਬਿਮਾਰੀਆਂ ਲਾ ਦਿੰਦੇ ਹੋ ਕਿ ਸੋਚੀ ਜਾਂਦਾ ਪਤਲਾ ਹੋ ਗਿਆ। ਆ ਮੈਂ ਪਤਲਾ ਹੋਇਆ ਲੱਗਦਾ ਤੁਹਾਨੂੰ? ਉਹ ਤਾਂ ਲੋਕਾਂ ਨੂੰ ਨਹੀਂ ਦਿਸਦਾ ਹੁੰਦਾ, ਇੱਕ ਮਾਂ ਨੂੰ ਹੀ ਦਿਸਦਾ ਹੁੰਦਾ ਵਾ। ਠੀਕ ਆ, ਉਹਨਾਂ ਨੂੰ ਜਵਾਬ ਦੇ ਦੇ, ਕੋਈ ਲੋੜ ਨਹੀਂ ਪੈਸੇ ਦੇਣ ਦੀ। ਮੰਮੀ, ਐਂ ਕਿਵੇਂ ਮੁੱਕਰ ਜਾ? ਰਿਸ਼ਤੇਦਾਰੀ ਆ ਉਹਨਾਂ ਨਾਲ, ਸਾਰੀ ਉਮਰ ਵਰਤਣਾ ਵਾ, ਗੱਲਾਂ ਸੁਣੀ ਜਾਊਂਗਾ ਫਿਰ ਸਾਰੀ ਉਮਰ। ਉਹ ਪੁੱਤ, ਗੱਲਾਂ ਤਾਂ ਤੂੰ ਤਾਂ ਸੁਣੇਗਾ ਜੇ ਉੱਥੇ ਜਾਏਗਾ, ਤੈਨੂੰ ਜਾਣ ਦੀ ਲੋੜ ਹੀ ਨਹੀਂ ਹੈ। ਕੀ ਕਹੀ ਜਾਂਦੇ ਮੰਮੀ? ਉਹ ਮੇਰੇ ਭਰਾ ਨੇ, ਐਵੇਂ ਨੇ ਰਿਸ਼ਤੇ ਟੁੱਟਦੇ ਹੁੰਦੇ, ਜੰਮੇ ਨਾਲ ਦੇ ਨੇ, ਇੱਕੋ ਪੈਸਿਆਂ ਪਿੱਛੇ ਮੈਂ ਉਹਨਾਂ ਨਾਲ ਰਿਸ਼ਤਾ ਤੋੜਦਾ? ਚੁੱਪ ਕਰ ਤੂੰ, ਲੱਗੀ ਨਾਲ ਦੇ ਜੰਮਿਆਂ ਦੀ। ਉਹ ਦੇਵ ਤਾਂ ਅਮਰ ਵੀ ਤਾਂ ਭਰਾ ਨੇ, ਉਹ ਤਾਂ ਆਪਸ 'ਚ ਵਰਤਦੇ ਨਹੀਂ।
ਉਹ ਉਹਨਾਂ ਦੋਨਾਂ ਦੀ ਵੀ ਨਾ ਪੈਸਿਆਂ ਪਿੱਛੇ ਵਿਗੜੀ ਆ। ਮੇਰੀ ਗੱਲ ਸੁਣ ਲਾ ਗੁਰਚਰਨ, ਉਹਨਾਂ ਨੇ ਆਪਾਂ ਨੂੰ 5 ਲੱਖ ਉਦੋਂ ਦਿੱਤਾ ਸੀ ਜਦੋਂ ਉਹਨਾਂ ਦੋਨਾਂ ਦਾ ਕੰਮ ਨਾ ਸਾਂਝੇ ਖਾਤੇ 'ਚ ਸੀ। ਸਾਂਝੇ ਖਾਤੇ ਦਾ ਅੱਧ 2.5 ਲੱਖ ਬਣਦਾ। ਤੂੰ ਉਹਨੂੰ ਨਾ ਸਾਫ਼ ਕਹਿ ਦੇ ਵੀ 13.5 ਲੱਖ ਬਣਦਾ, ਬਾਕੀ 2.5 ਲੱਖ ਅਸੀਂ ਦੇਵ ਨੂੰ ਮੋੜ ਦਾਂਗੇ। ਮੇਰੀ ਇੱਕ ਗੱਲ ਪੱਲੇ ਬੰਨ ਲੈ, ਜੇ ਤੂੰ ਉਹਨਾਂ ਨੂੰ 10 ਲੱਖ ਦੇ ਦਿੱਤਾ ਨਾ ਤੈਨੂੰ ਮੁੜਨਾ ਨਹੀਂ, ਡੁੱਬ ਜਾਣਾ ਆ। ਹਾਏ ਰੱਬਾ, ਮੈਂ ਕੀ ਕਰਾਂ, ਮੇਰੇ ਭਰਾ ਨੂੰ ਅੱਜ ਲੋੜ ਆ ਮੇਰੀ, ਪਰ ਮੈਂ ਆਪ ਕਰਜਾਈ ਹੋ ਕੇ ਕਿਵੇਂ ਉਹਦੀ ਮਦਦ ਕਰਾਂ। ਢਿੱਡ ਭਰਨ ਵਾਸਤੇ ਵੀ ਕਿੰਨੇ ਪਾਪੜ ਵੇਲਣੇ ਪੈਂਦੇ ਆ। ਪਰ ਬੁੱਟਰਾ, ਢਿੱਡ ਭਰਨ ਵਾਸਤੇ ਭਾਂਡੇ ਮਾਂਜਣ ਦੀ ਕੀ ਲੋੜ ਆ? ਉਹ ਢਿੱਡ ਭਰਨ ਲਈ ਤਾਂ ਕੁਛ ਬਣਾਉਣਾ ਪੈਣਾ। ਬਣਾਈਏ ਕੀ? ਸਬਜ਼ੀ? ਉਹ ਨਹੀਂ, ਐਂ ਕਰਦੇ ਹਾਂ, ਚੌਲ ਬਣਾਉਣੇ ਆ, ਚੌਲ ਜਲਦੀ ਬਣਦੇ ਆ ਅਤੇ ਦਹੀਂ ਪਾ ਕੇ ਖਾਵਾਂਗੇ। ਹੁਣ ਚੌਲ ਕਿੱਥੇ ਆ ਯਾਰ? ਇੱਕ ਤਾਂ ਸਮਾਨ ਨਹੀਂ ਪਤਾ ਕਿੱਥੇ ਰੱਖ ਲੈਂਦੀ ਹੈ ਵੀ। ਐਂ ਕਰਦਾ, ਐਂ ਨਹੀਂ ਲੱਭਣਾ ਮੈਨੂੰ, ਅਮਨ ਨੂੰ ਹੀ ਫੋਨ ਕਰਦਾ। ਆਪ ਮੇਰੀ ਮਾਂ ਨੂੰ ਬਾਹਰ ਲੈ ਕੇ ਨਿਕਲ ਗਈ ਆ ਅਤੇ ਮੈਨੂੰ ਕਹਿੰਦੀ ਤੈਹਾਂ ਲਾ ਨਾ, ਮੈਂ ਇੱਥੇ ਤੈਹਾਂ ਲਾ ਨੂੰ ਆਈ ਹਾਂ। ਭਲਾ ਦੇਖਾਂ ਤਾਂ ਸੀ ਵੀ ਕਿੱਥੇ ਦਾ ਮਾਲ ਆ। ਚੁਸਤ ਤਾਂ ਬਥੇਰੀ ਆ, ਟੈਗ ਨਹੀਂ ਨਾਲ ਰੱਖਿਆ ਵੀ ਕਿੱਥੇ ਦਾ ਮਾਲ ਹੈ ਅਤੇ ਕਿੱਥੋਂ ਲਿੱਤਾ। ਕੋਈ ਨਾ ਮਿੰਦੋ, ਕਿੰਨਾ ਕੁ ਬਚ ਲੇਂਗੀ, ਕਿਤੇ ਨਾ ਕਿਤੇ ਤਾਂ ਹਿਸਾਬ ਕਿਤਾਬ ਲਿਖਿਆ ਹੀ ਹੋਣਾ ਵੀ ਕਿੱਥੋਂ ਮਾਲ ਚੱਕਿਆ। ਕੋਈ ਨਾ, ਲੱਭਦੀ ਹਾਂ ਮੈਂ। ਹਾਏ ਹਾਏ, ਇਹ ਬੰਦੇ ਨੂੰ ਟੇਕ ਨਹੀਂ। ਹਾਂ ਹੁਣ ਕੀ ਆ, ਟੇਕ ਨਹੀਂ ਆ? ਉਹ ਹਲੇ ਮੈਨੂੰ ਆਏ ਨੂੰ ਟਾਈਮ ਹੀ ਕਿੰਨਾ ਹੋਇਆ, ਜਿਹੜਾ ਮਗਰ ਹੀ ਫੋਨ ਖੜਕਾਤਾ। ਉਹ ਹਾਏ ਨਹੀਂ ਮੇਰੀ ਮਨੋਰਮਾ, ਤੇਰਾ ਗੁੱਸਾ, ਉਹ ਤੇਰੇ ਬਗੈਰ ਤਾਂ ਨਾ ਘਰ ਸੁੰਨਾ ਪਿਆ ਯਾਰ। ਰੌਣਕ ਹੀ ਨਹੀਂ ਹੈਗੀ ਘਰ 'ਚ, ਕਰਨਾ ਖਾਣ ਨੂੰ ਪੈਂਦਾ, ਸੌਂ ਲੱਗੇ ਖਾਣ ਦੇ ਨਾਂ ਨੂੰ ਯਾਦ ਆਇਆ ਸੱਚ ਚੌਲ ਕਿੱਥੇ ਪਏ ਆ। ਚੌਲ ਮੈਂ ਚੱਕ ਲਿਆ ਸਾਰੇ ਪੇਕੇ। ਹੈ, ਉਹ ਦੇਵ ਦੇ ਘਰੇ ਚੌਲ ਹੈ ਨਹੀਂ? ਉਹ ਜੇ ਲੈ ਕੇ ਹੀ ਜਾਣੇ ਸੀ ਉਹ ਤਾਂ ਅੱਧੇ ਲੈ ਜਾਂਦੀ, ਹੁਣ ਦੱਸ ਮੈਂ ਕੀ ਖਾਊਂਗਾ। ਬੂਟਰ ਸਾਹਿਬ, ਮੈਂ ਤੁਹਾਡੀ ਬੇਇੱਜ਼ਤੀ ਕੀਤੀ ਆ ਅਤੇ ਤੁਸੀਂ ਜ਼ਰਾ ਫੀਲ ਨਹੀਂ ਕੀਤੀ ਨਾ? ਮੈਂ ਚੌਲ ਨਾਲ ਚੱਕ ਕੇ ਲਿਆਉਂਗੀ, ਉੱਥੇ ਨੀਚੇ ਪੀਪੇ 'ਚ ਪਏ ਆ, ਚੱਕ ਲਾ ਤੇ ਡਫਲਾ। ਹਾਂ ਹਾਂ ਮਿਲ ਗਏ। ਉਹ ਯਾਰ ਐਵੇਂ ਗੁੱਸੇ ਨਾਲ ਨਾ ਗੱਲ ਕਰਿਆ ਕਰ, ਪਿਆਰ ਨਾ ਕਰਿਆ ਕਰ। ਉਹ ਤੈਨੂੰ ਕਿੰਨੇ ਵਾਰੀ ਕਿਹਾ? ਉਹ ਗੁੱਸਾ ਚੜਾਉਣ ਵਾਲੀ ਤੂੰ ਗੱਲ ਹੀ ਕਰਦਾ, ਹੋਰ ਕੁਛ ਪੁੱਛਣਾ ਕਿ ਮੈਂ ਫੋਨ ਕੱਟਾਂ? ਉਹ ਬੜੀ ਕਾਹਲੀ ਆ ਫੋਨ ਕੱਟਣ ਦੀ, 2 ਮਿੰਟ ਗੱਲ ਦਾ ਕਰ ਲਿਆ ਕਰ।
ਅੱਛਾ ਜੀਰਾ ਕਿੱਥੇ ਪਿਆ? ਹਾਂ ਇੱਕ ਮਿੰਟ ਮਿਲ ਗਿਆ ਮਿਲ ਗਿਆ। ਆਹ ਲੂਣ ਮਿਰਚ ਵਾਲੀਆਂ ਡੱਬੀਆਂ ਦੇ ਕੋਲੇ ਪਿਆ ਨਾ। ਪਰ ਮੈਨੂੰ ਇਹ ਦੱਸ, ਇਹ ਹਰਾ ਜਿਹਾ ਕਿਉਂ ਲੱਗਦਾ ਮੈਨੂੰ? ਹਾਏ ਮੇਰੇ ਰੱਬਾ, ਉਹਨੂੰ ਕੋਲ ਕਰਕੇ ਦੇਖ ਨਾ, ਜੀਰਾ ਹਰੇ ਰੰਗ ਦਾ ਹੁੰਦਾ। ਇਹ ਸੌਂਫ ਹੈ, ਸੌਂਫ। ਸੌਂਫ? ਅੱਛਾ ਆਹੋ, ਹੁਣ ਇਹ ਨਾ ਹੋਵੇ ਚੌਲਾਂ ਨੂੰ ਸੌਂਫ ਦਾ ਤੜਕਾ ਲਾ ਦੀ। ਨਹੀਂ ਲਾਉਂਦਾ। ਅੱਛਾ ਮੈਨੂੰ ਇਹ ਦੱਸ, ਤੇਰੇ ਨਿਸ਼ਾਨ ਦੇਖ ਕੇ ਘਰ ਵਿੱਚ ਕੀ ਮਾਹੌਲ ਹੋਇਆ? ਦੇਵਤਾ ਦੇਖ ਕੇ ਪਿਘਲ ਗਿਆ ਹੁਣ? ਉਹ ਵੀਰੇ ਨਾਲ ਤਾਂ ਅਜੇ ਮੇਰੀ ਮੁਲਾਕਾਤ ਹੀ ਨਹੀਂ ਹੋਈ, ਪਰ ਮੈਂ ਐਕਟਿੰਗ ਇੰਨੀ ਵਧੀਆ ਕੀਤੀ ਨਾ, ਭਾਬੀ ਅਤੇ ਮੰਮੀ ਪਿਘਲ ਗਏ ਅਤੇ ਉਹਨਾਂ ਨੇ ਤੈਨੂੰ ਰੱਜ ਕੇ ਗਾਲਾਂ ਕੱਢੀਆਂ। ਹੁਣ ਮੈਂ ਤੈਨੂੰ ਦੱਸਾਂ ਕਿਹੜੀਆਂ ਗਾਲਾਂ ਕੱਢੀਆਂ? ਤੇਰੀ ਉਹ ਆਪਣਾ ਤਾਂ ਸ਼ੋ ਹੀ ਪਰਿਵਾਰਿਕ ਆ, ਨਹੀਂ ਤਾਂ ਮੈਂ ਤੈਨੂੰ ਦੱਸ ਦਿੰਦੀ ਕਿ ਗਾਲਾਂ ਹੁੰਦੀਆਂ ਕੀ ਆ। ਉਹ ਦੇਖੀ ਕਿਤੇ ਉਹ ਜ਼ਿਆਦਾ ਓਵਰ ਐਕਟਿੰਗ ਨਾ ਕਰ ਲਈ ਕਿਤੇ, ਹੋਰ ਮੇਰੇ ਗਾਲਾਂ ਪਾਉਂਦੀ ਪਾਉਂਦੀ ਆਪ ਖਾ ਕੇ ਬਹਿ ਜੀ। ਉਹ ਨਾਲੇ ਇੱਕ ਗੱਲ ਹੋਰ ਆ, ਆਪਦੇ ਨਾ ਗੁਰੀਆਂ ਗੁਰੀਆਂ ਗੱਲਾਂ 'ਤੇ ਥੋੜ੍ਹਾ ਤੇਲ ਲਾ ਲਈ। ਉਹ ਮੇਰਾ ਤਾਂ ਆਪ ਤਾਂ ਉਹ ਦਿਨ ਹੱਥ ਦੁਖੀ ਜਾਂਦਾ ਵਾ, ਤੇਰੀ ਤਾਂ ਫਿਰ ਵੀ ਗੱਲ ਆ, ਮੈਂ ਪਤਾ ਤੇਰਾ ਕਿੰਨਾ ਫਿਕਰ ਕਰਦਾ। ਉਹ ਮੇਰੇ ਨਿਸ਼ਾਨਾਂ ਦੀ ਟੈਨਸ਼ਨ ਨਾ ਲੈ, ਆਪਣੀ ਫਿਕਰ ਕਰ ਲਾ, ਮੇਰੀ ਤਾਂ ਤੇ ਮਾਂ ਹੈਗੀ ਆ ਫਿਕਰ ਕਰਨ ਨੂੰ ਮੇਰੀ। ਨਾ ਦੇਖ ਕਿਵੇਂ ਮਾਂ ਦੀ ਸਾਈਡ ਲੈਂਦੀ ਆ, ਉਹ ਤੂੰ ਤਾਂ ਪੇਕਿਆਂ 'ਤੇ ਜਾ ਕੇ, ਉਹ ਪੇਕਿਆਂ ਦੀ ਹੋ ਗਈ, ਦੇਖੀ ਕਿਤੇ ਮੈਨੂੰ ਨਾ ਭੁੱਲ ਜੀ। ਭੁੱਲਣ ਦਿੰਦਾ, ਫੋਨ ਤਾਂ ਖੜਕਾਈ ਜਾਂਦਾ। ਚੰਗਾ ਫਿਰ ਮੈਂ ਫੋਨ ਕੱਟਦਾ, ਲੱਗਦਾ ਨਾ ਤੇਰਾ ਗੱਲ ਕਰਨ ਦਾ ਮੂਡ ਨਹੀਂ, ਮੈਂ ਫੇਰ ਗੱਲ ਕਰਦਾ। ਉਹ ਫੋਨ ਦਿਆ ਲੱਗਦੇ ਆ, ਮੈਨੂੰ ਬਾਰ ਬਾਰ ਫੋਨ ਨਾ ਕਰ, ਜੇ ਆਪਣੀਆਂ ਗੱਲਾਂ ਕਿਸੇ ਨੇ ਸੁਣ ਲਈਆਂ ਨਾ ਤੇ ਆਪਾਂ ਫਸ ਜਾਵਾਂਗੇ, ਤੈਨੂੰ ਰੱਬ ਦੇ ਵਾਸਤਾ ਮੈਨੂੰ ਫਸਾ ਨਾ ਦੇਈ।